ਥੋੜਾ ਪਿੱਛੇ ਰੱਖੇ ਨਾ ਆਪ, ਇਤਨਾ ਦਬਾ ਕਿਉਂ ਰਹੇ ਹੈ? ਕੀ ਗੱਲ ਯਾਰ, ਯਾਰ ਨੱਕ ਨਾਲ ਨੱਕ ਨਹੀਂ ਜੋੜ ਸਕਦਾ ਤੇ ਦਬਾ ਕਿਉਂ ਰਿਹਾ ਫਿਰ? ਮੈਂ ਛੱਡ ਦੇ, ਦਬਾ ਕਰਦਾ ਦੁਬਾਰ ਦਬਾਇਆ ਕੋ ਤੁਹਾਨੂੰ ਮੈਂ, ਨਹੀਂ ਨਹੀਂ ਥੋੜਾ ਜਿਹਾ ਬਸ, ਜਦ ਮੈਨੂੰ ਮਾਲਸ਼ੀਆ ਬਣਾ ਲਿਆ ਦਬਾ ਰਿਹਾ, ਇੰਜ ਇਹਨਾਂ ਦੀ ਟਿੰਡ ਨੂੰ ਚੁੰਮੀ ਲੈਣੀ। ਸਮੁੰਦਰੀ ਘੋੜਾ ਘੋੜਾ ਸਮੁੰਦਰ ਜੀ ਦੋਸਤੋ, ਮੈਂ ਹੂੰ ਖਾਨ ਅਲੀ। ਕਿ ਜਿਸ ਤਰ੍ਹਾਂ ਕਿ ਤੁਸੀਂ ਮੇਰਾ ਪਿਛਲਾ ਪਾਠ ਦੇਖਿਆ, ਤੁਹਾਡਾ ਦਿਲ ਤੋਂ ਸ਼ੁਕਰੀਆ। ਤੇ ਇਸ ਪਾਠ ਨੂੰ ਵੀ ਤੁਸੀਂ ਦੇਖਣਾ। ਅਤੇ ਜ਼ਾਰਾ ਨੂਰ ਉਹ ਸਮਝ ਆ ਗਈ ਮੈਨੂੰ ਗੱਲ ਕਿ ਸਮੁੰਦਰੀ ਘੋੜੇ ਨੇ ਉਹਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਅੱਗੋਂ 3-4 ਫਿਲਮਾਂ ਕਰਵਾਵਾਂਗਾ। ਅਤੇ ਹੀਰਵਾ ਨੇ ਅਤੇ ਪਹਿਲਾਂ ਵੀ ਉਹਨੇ ਕੰਮ ਕੀਤਾ ਸੀ, ਜ਼ਾਹਰ ਅੱਗੋਂ ਵੀ ਉਹਨੇ ਕੰਮ ਕਰਨਾ ਹੈ। ਅਤੇ ਸਮੁੰਦਰੀ ਘੋੜੇ ਦੀ ਗੱਲਾਂ ਇਹ 'ਚ ਆ ਗਈ। ਹੁਣ ਸਮੁੰਦਰੀ ਘੋੜੇ 'ਤੇ ਵੀ ਮੈਨੂੰ ਸਮਝ ਲੱਗ ਗਈ ਹੈ ਕਿ ਏਡੀ ਜਲਦੀ ਇਹ ਕਿਵੇਂ ਲੜਕੀ ਦੇ ਨਾਲ ਰਿਲੇਸ਼ਨ ਬਣਾ ਲੈਂਦਾ, ਕਿਉਂਕਿ ਹੀਰੋ ਰਹਿ ਚੁੱਕਿਆ ਹੈ, ਉਹਨੂੰ ਸਾਰੇ ਡਾਇਰੈਕਟਰ ਪ੍ਰੋਡਿਊਸਰ ਜਾਣਦੇ ਨੇ। ਅਤੇ ਅਗਲੀ ਗੱਲ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗੇਗੀ, ਬੜੀ ਮਜ਼ੇਦਾਰ ਵੀਡੀਓ, ਵੀਡੀਓ ਨੂੰ ਦੇਖ ਕੇ ਵਾਚ ਜ਼ਰੂਰ ਕਰਨਾ, ਫਿਲਮ 'ਤੇ ਬਣ ਕੇ ਰਹੇਗੀ। ਪਾਕਿਸਤਾਨ ਜ਼ਿੰਦਾਬਾਦ। ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ ਵੇਲੇ। ਆ ਜਾਓ ਸਰ, ਇਹ ਇੱਥੇ ਕਰਨਾ। ਓ ਨੋ, ਕੀ ਹੋ ਗਿਆ ਆਪਕੋ? ਖਾਣ ਲੱਗਾ ਇਹਨੂੰ। ਭਾਈ ਕੀ ਗੱਲ ਹੈ, ਕੀ ਤੁਸੀਂ ਗੁੰਗੇ ਨੂੰ ਕਿਉਂ ਮਾਰੀ ਹੁੰਦੀ? ਕਿਹੋ ਜਿਹਾ ਗੁੰਗਿਆ ਹੈ, ਸੁਣ ਸਕਦਾ ਹੈ, ਬੋਲ ਨਹੀਂ ਸਕਦਾ, ਬੋਲ ਨਹੀਂ ਸਕਦਾ। ਕਿਉਂ ਮਾਰ ਰਹੇ ਆ ਬਗੈਰ? ਓ ਮੈਡਮ ਜੀ, ਸਾਰੇ ਬਗੈਰ, ਚੱਲ ਚੱਲ। ਓਹੋ, ਬੇਗਾਨਤ ਆਦਮੀ ਹਾਂ। ਕੀ ਹੋ ਗਿਆ ਹੈ, ਕਿਉਂ ਐਸਾ? ਓਏ, ਮੈਨੂੰ ਇਹ ਸਮਝ ਨਹੀਂ ਲੱਗਦੀ, ਆ ਸਟੂਡੀਓ ਵੇਖੇਰਾ ਹੈ, ਬੇੜਾ ਗਰਕ ਹੋਵੇ, ਇਹ ਸਟੂਡੀਓ ਵੇਖ ਲੈ, ਬੰਜਰ ਜ਼ਮੀਨ ਹੈ, ਤੇਰੇ ਸਟੂਡੀਓ ਬਣਾ ਲਿਆ, 5 ਰੁਪਏ ਮਰ ਲਏ ਤੇਨੇ, ਜਗ੍ਹਾ ਇਹਦੇ ਪਿਓ ਨੇ ਲਈ ਸੀ ਤੇ ਅੱਗੋਂ ਨੇ ਲੈ ਲਈ। ਇੱਥੇ ਸਾਨੂੰ ਕਿਸੇ ਦਿਨ ਮੈਡਮ ਜੀ ਇਹਨੇ ਸੱਪ ਲੜਵਾ ਕੇ ਮਾਰ ਦੇਣਾ, ਆਖਰੀ ਦਿਨਾਂ ਦਾ ਸ਼ੂਟ। ਮੇਰੀ ਗੱਲ ਸੁਣੋ, ਉਸ ਵਿਚਾਰੇ ਦਾ ਛੋਟਾ ਜਿਹਾ ਸਟੂਡੀਓ ਹੈ ਤੇ ਕੋਈ ਮਸਲਾ ਨਹੀਂ ਹੈਗਾ, ਤੇ ਹੈ ਨਾ ਕੋਈ ਗੱਲ। ਕਿਹੜਾ ਕਿਹੜਾ ਸਟੂਡੀਓ, ਕਿਹੜਾ ਮੂੰਹ ਵੱਡਾ ਭਰ ਕੇ ਕਹਿੰਦਾ ਮੇਰਾ ਸਟੂਡੀਓ, ਮੇਰੇ ਸਟੂਡੀਓ। ਭਾਜੀ ਮੇਰੀ ਗੱਲ ਸੁਣ ਲੈ, ਪਾਣੀ ਨਾ ਤਾਣੀ ਗਲਾਸ ਇਹਦੇ ਕੋਲ ਕੋਲ ਨਹੀਂ ਪੀਣ ਲਈ, ਸਾਨੂੰ ਪਾਣੀ ਵੀ ਪੀ ਲਾਂਗੇ, ਕੰਮ ਤੇ ਕਰ ਲਈਏ ਪਹਿਲੇ। ਲੈ ਲੈ ਨਾ, ਪਾਣੀ ਪੀ ਕੇ ਕਰਨਾ ਹੁੰਦਾ ਹੈ। ਭਾਜੀ ਸੀਨ ਕਰਨਾ ਨਹੀਂ ਜੇ, ਨਹੀਂ ਜੇ ਭਾਜੀ, ਮੈਨੂੰ ਮੈਂ ਕੈਮਰਾ ਕਹਿ ਰਿਹਾ ਹਾਂ, ਉਧਰ ਲਾਓ, ਮੇਰੀ ਗੱਲ ਇਸ ਤਰ੍ਹਾਂ ਨਾ ਕਰਿਆ ਕਰੋ ਭਾਜੀ। ਇਹ ਸਾਡੇ ਕੋਲ, ਮੇਰੇ ਕੋਲ ਪਾਰਕ ਹੈ, ਮੈਂ ਕੀ ਕਰਾਂ? ਲੋਕੇਸ਼ਨ ਪਾਰਕ ਫਿਰ ਲੈ ਜਾ, ਇੰਨੀ ਕੁ ਪਾਰਕ, ਇੱਕ ਇਹ ਪਰਾਤ ਹੀ ਪਾ ਕੇ ਨਾ ਪਾਰਕ ਲੈ ਜਾ ਕਿਧਰੇ। ਕੋਈ ਗੱਲ ਨਹੀਂ, ਕੰਮ ਹੀ ਕਰਨਾ ਹੈ, ਇੰਨਾ ਸਾਲ ਨਹੀਂ ਮਿਲਦਾ ਜਿੰਨੀ ਤੂੰ ਪਾਰਕ ਬਣਾਈ। ਕਿਹੜੀ ਪਾਰਕ ਹੈ ਤੇਰੀ, ਕਿਉਂ ਆਣਾ ਪਾਰਕ? ਚਲੋ ਭਾਈ, ਜੋ ਮਰਜ਼ੀ ਨਾਲ ਰੱਖ ਲਓ, ਹੈ ਤੇ ਮੇਰਾ ਸਟੂਡੀਓ ਦੀ ਪਾਰਕ ਹੈ ਨਾ। ਤੇਰਾ ਕਿਹੜਾ ਸਟੂਡੀਓ ਹੈ ਤੇਰੇ ਦਾ? ਬੱਚਿਆ, ਮੇਰਾ ਸਟੂਡੀਓ, ਮੇਰਾ ਸਟੂਡੀਓ, ਛੱਡ ਦੇ ਮੈਂ ਮੈਂ ਟੁਰ ਪਈ, ਕਿਸ ਤਰ੍ਹਾਂ ਕੀ ਹੋਇਆ? ਮੈਨੂੰ ਨਾ ਰੰਗੀਲਾ ਸਾਹਿਬ ਕਹਿ ਰਹੇ ਸਨ ਕਿ ਤੈਨੂੰ 3-4 ਫਿਲਮਾਂ ਹੋਰ ਲੈ ਕੇ ਦੇਣੀਆਂ ਨੇ। ਤੁਹਾਨੂੰ ਪਤਾ ਇਹਨੇ 3-400 ਫਿਲਮ 'ਚ ਕੰਮ ਕੀਤਾ ਹੈ, ਵੱਡੇ ਐਕਟਰ ਨੇ, ਔਰ ਮੈਨੂੰ 3-4 ਫਿਲਮਾਂ ਹੋਰ ਲੈ ਕੇ ਦੇ ਰਹੇ ਨੇ। ਇਨਸ਼ਾਅੱਲਾ। ਹਾਂਜੀ,
ਕਿੱਥੇ ਤੁਸੀਂ ਭਾਈ ਇਹਨਾਂ ਨੂੰ ਤਿੰਨ ਚਾਰ ਫਿਲਮਾਂ ਲੈ ਕੇ ਦੇ ਦਿਓ? ਮਾਮਾ ਲੱਗਣਾ, ਤੂੰ ਮੇਰਾ ਭਰਾ ਲੱਗਣਾ, ਤੇਰਾ ਕੀ ਤਾਂ ਲੱਗੇ? ਨਹੀਂ ਭਾਜੀ ਮੇਰੀ ਯਾਰ, ਮੈਂ ਪੁੱਛਣਾ ਮੈਂ ਕਿ ਇੱਕ ਇੱਕ ਦਿਨ ਦੇ ਵਿੱਚ ਤੁਹਾਡਾ ਇੱਕ ਦੂਜੇ ਨਾਲ ਰਿਲੇਸ਼ਨ ਹੋ ਗਿਆ? ਮੈਂ ਭਾਜੀ ਮੈਂ ਵੈਸੇ ਗੱਲ ਪੁੱਛਣ ਦਿਆ ਸਰ, ਨਹੀਂ ਕਿਸ ਤਰ੍ਹਾਂ ਹੋ ਗਿਆ? ਤੁਸੀਂ ਕਿਹੜੀ ਤਿੰਨ? ਨਹੀਂ ਨਹੀਂ ਤਿੰਨ ਕਿੱਥੋਂ ਫਿਲਮਾਂ ਇਹਨਾਂ ਨੂੰ ਦੇਣੀਆਂ? ਜੇਕਰ ਬੜੇ ਪ੍ਰੋਡਿਊਸਰ ਵਾਕਫ ਨੇ, ਡਾਇਰੈਕਟਰ ਮੇਰੇ ਵਾਕਫ ਨੇ, ਤੇਰੇ ਤਾਂ ਨਹੀਂ ਨਾ ਹੈਗੇ? ਮੇਰੇ ਕਿਉਂ ਨਹੀਂ? ਸਾਰੇ ਵਾਕਫ ਨੇ ਭਾਜੀ, ਮੈਂ ਖੁਦ ਇੱਕ ਡਾਇਰੈਕਟਰ ਪ੍ਰੋਡਿਊਸਰ ਹਾਂ ਹਰ ਚੀਜ਼ ਦੇ। ਮੇਰੇ ਕੋਲ ਫਿਲਮ ਤੇਰੀ ਹੈ ਤੇ ਤੇਰੇ ਸਾਰੇ ਹੋ ਗਏ ਨੇ ਤੇ ਭਾਜੀ ਫਿਲਮ ਚ ਕੰਮ ਕੀਤਾ ਇਹਨਾਂ ਨੇ 400 ਫਿਲਮ ਚ। ਅੱਛਾ ਇਹ ਵੀ ਤੁਹਾਨੂੰ ਇਹਨਾਂ ਦਾ ਸੇ ਹੈ? ਕੀਤਾ ਨਹੀਂ ਮੈਂ ਭਾਜੀ, ਬੜੇ ਵੱਡੇ ਐਕਟਰ ਨੇ, ਕੀ ਕੀਤਾ ਹੁਣ? ਬੜੇ ਉੱਚੇ ਉੱਚੇ ਹਰ ਗੱਲ ਦਾ ਪੁੱਛਣਾ ਕੀਤਾ ਮੈਂ ਅੱਲਾ ਦੀ ਰਹਿਮਤ ਨਾਲ। ਅੱਛਾ ਮੈਨੂੰ ਹੁਣ ਸਮਝ ਗੱਲ ਦੀ ਲੱਗ ਗਈ ਕਿ ਹੀਰੋ ਹੀਰਵਨ ਦਾ ਨਾਲ ਚੱਕਰ ਕਿਵੇਂ ਚੱਲ ਜਾਂਦਾ। ਮੈਨੂੰ ਚੱਕਰ ਇੱਥੇ ਤੇਰੀ ਭੈਣ ਵਾਲਾ ਭੰਗੂੜਾ ਲੱਗਾ ਕਿ ਯਾਰ ਸ਼ੂਟ ਮੁਕਾ ਭਾਜਨ ਜੋ ਵੀ ਮੈਡਮ ਜੀ ਉਹ ਤੁਹਾਨੂੰ ਫਿਲਮ ਦਵਾਨ ਨਾ ਦਵਾਨ ਚਲੋ ਜੀ ਫੋਟੋ ਸ਼ੂਟ ਦੇਣਾ ਜੇ ਦੱਸੋ ਭਾਜੀ ਹੁਣ ਪੋਸਟਰ ਨਹੀਂ ਮੈਂ ਬਣਵਾਉਣੇ ਠੀਕ ਹੈ ਪੋਸਟਰ ਤੇ ਬਣਵਾਉਣੇ ਗਲਤ ਗੱਲ ਕਰਾ ਦੇਗਾ ਕਿਹੜਾ ਪੋਸਟਰ ਭਾਜੀ ਇਹਦੇ ਵਿੱਚ ਗੱਲ ਨਹੀਂ ਸਿਰਫ ਪੋਸਟਰ ਚਾਹੀਦੇ ਨੇ ਉਹ ਤਸਵੀਰਾਂ ਖਿੱਚਣ ਦੇ ਅੱਛਾ ਤੁਸਾਂ ਇੱਧਰ ਦੇਖਣਾ ਕੈਮਰੇ ਦੇ ਵਿੱਚ ਮੈਡਮ ਜੀ ਆਓ ਜ਼ਰਾ ਠੀਕ ਹੈ ਇੱਧਰ ਆਓ ਹੀਰੋ ਸਾਹਿਬ ਆ ਗਿਆ ਮੈਂ ਹੀਰੋ ਸਾਹਿਬ ਸਰ ਜੀ ਕੀ ਰੋਕਿਆ ਪੋਸਟਰ ਜਿਹੜਾ ਹੁਣ ਤੁਸੀਂ ਜ਼ਰਾ ਹੱਥਾਂ 'ਚ ਹੱਥ ਪਾਓ ਨੱਕ ਨਾਲ ਨੱਕ ਜੋੜਨਾ ਜੀ ਹਾਂਜੀ ਕਾਹਦੇ ਲਈ ਫੋਟੋ ਸ਼ੂਟ ਨਹੀਂ ਮੈਂ ਨਹੀਂ ਇਹ ਕਰਨਾ ਜੋ ਮਰਜ਼ੀ ਕਰ ਨੱਕ ਨਾਲ ਲੱਕਦਾ ਪਾਗਲ ਦੇ ਆ ਪੁੱਤਰਾ ਕਦੀ ਹੋਇਆ ਹੈ ਸਰਾ ਭਾਜੀ ਤੁਸੀਂ ਹੀਰੋ ਹੀਰਵਨ ਦੀ ਤਾਂ ਤੁਸੀਂ ਕਦੀ ਤਸਵੀਰ ਨਹੀਂ ਵੇਖੀ ਕਿ ਐਂਜੇ ਉਹਨਾਂ ਨੇ ਨੱਕ ਨਾਲ ਨੱਕ ਜੋੜੇ ਨੇ ਉਹ ਕੀਤਾ ਹੋਵੇਗਾ ਮੈਂ ਤੁਹਾਨੂੰ ਦੱਸਣਾ ਕੀ ਕਰਨਾ ਇਹ ਕਰਨਾ ਤੁਸੀਂ ਅੱਛਾ ਜੀ ਐਂਜੀ ਫਿਰ ਇਸ ਤਰ੍ਹਾਂ ਹੀ ਰਹੋ ਚਲੋ ਜੀ ਇਹ ਕਰ ਲਵੋ ਜੀ ਕਰੋ ਜੀ ਇਹ ਥੋੜ੍ਹਾ ਪਿੱਛੇ ਰੱਖੇ ਨਾ ਆਪ ਇਤਨਾ ਦਬਾ ਕਿਉਂ ਰਹੇ ਹੈ ਕੀ ਗੱਲ ਯਾਰ ਯਾਰ ਨੱਕ ਨਾਲ ਨੱਕ ਨਹੀਂ ਜੋੜ ਸਕਦਾ ਤੇ ਦਬਾ ਕਿਉਂ ਰਿਹਾ ਫਿਰ ਮੈਂ ਛੱਡ ਦੇ ਦਬਾ ਕਦੋਂ ਦਬਾ ਰਿਹਾ ਦਬਾਇਆ ਕੋ ਤੁਹਾਨੂੰ ਮੈਂ ਨਹੀਂ ਨਹੀਂ ਥੋੜਾ ਜਿਹਾ ਬਸ ਦਾ ਮੈਨੂੰ ਮਾਲਸ਼ੀਆ ਬਣਾ ਲਿਆ ਦਬਾ ਰਿਹਾ ਚਲੋ ਜੀ ਇਹ ਸਰ ਜੀ ਇਹ ਸਾਥ ਲੱਗੇ ਤਸਵੀਰ ਬਣੇਗੀ ਬਣੇਗੀ ਸਾਥ ਲੱਗੇ ਐਂ ਥੋੜਾ ਸਾ ਕਰੀਬ ਜ਼ਿਆਦਾ ਨਾ ਹੋ ਇੱਥੇ ਚਲੇ ਇਹ ਓਕੇ ਕਰੇ ਸਰ ਜੀ ਐਂਜੀ ਕੋ ਘੰਟਾ ਕੋ ਖਲੋਤੇ ਰਹੋ ਹਾਂ ਤਸਵੀਰ ਦਵੋ ਸਰ ਜੀ ਕੀ ਹੋ ਗਿਆ ਯਾਰ ਤਸਵੀਰ ਹੀ ਦੇਣ ਦਿਆ ਉਹ ਯਾਰ ਭਰਾਵਾ ਤਸਵੀਰ ਸਹੀ ਦੇ ਸਮਾਈਲ ਕਰਨੀ ਹੈ ਇੱਕ ਵਾਰੀ ਦੱਸ ਦਿਓ ਕਿ ਤਸਵੀਰ ਦੇਣੀ ਕਿਸ ਤਰ੍ਹਾਂ ਹੈ ਤਸਵੀਰ ਬਾਰ ਬਾਰ ਪਰੇਸ਼ਾਨ ਮੇਰੀ ਉਮਰ ਵੇਖ ਲੈ ਉਮਰ ਹੀ ਮੈਂ ਤਸਵੀਰਾਂ ਕਈ ਦਿੱਤੀਆਂ ਨੇ ਇਹਨੂੰ ਪਹਿਲੀ ਚੱਲ ਇੱਕ ਤਸਵੀਰ ਸਰ ਜੀ ਇਹ ਦਵੋ ਤੇ ਸਹੀ ਅੱਛਾ ਪੋਸਟਰ ਅਸੇ ਸਾਥ ਹੱਥ ਲਗਾਏ ਸਾਥ ਸਮਾਈਲ ਕਰੇ ਜੇ ਇਧਰ ਕੈਮਰੇ ਕੀ ਤਰਫ ਦੇਖੇ ਓਕੇ ਓਕੇ ਸਰ ਕਿਆ ਬਾਤ ਹੈ ਸਰ ਜੀ ਕਿਆ ਯਾਰ ਯਾਰ ਮੈਂ ਇਸ ਤਸਵੀਰ ਯਾਰ ਇੱਧਰ ਆ ਭਾਈ ਕੀ ਯਾਰ ਤੂੰ ਯਾਰ ਤੂੰ ਸਰ ਜੀ ਮਸੂਮ ਨੇ ਬੱਚੇ ਨੇ ਸਰ ਜੀ ਐ ਦੂਸਰੀ ਤਸਵੀਰ ਪੋਸਟਰ ਕੇ ਲੀਏ ਜੀ ਦੱਸੋ ਠੀਕ ਹੈ ਅਬ ਆਪਨੇ ਐਸੇ ਖੜੇ ਹੋਣਾ ਹੈ
ਐਸੇ ਕਰਕੇ ਆਪ ਖੜੇ ਹੋਗੇ ਬੱਚਾ ਹੀ ਯਾਰ ਤੂੰ ਕੀ ਸਰ ਜੀ ਮੇਰੀ ਬਾਤ ਸੁਣਿਓ ਮੇਰੀ ਡਿਮਾਂਡ ਹੈ ਸੀਨ ਕੀ ਡਿਮਾਂਡ ਕਿਹੜੀ ਭਾਈ ਇਸ ਤਰ੍ਹਾਂ ਕਰਕੇ ਨਾ ਕੈਮਰੇ ਕੋ ਦੇਖ ਰਿਹਾ ਆਪ ਨੇ ਇਸਕੇ ਉੱਪਰ ਚੜ੍ਹਨਾ ਇਸਕੇ ਉੱਪਰ ਇਹ ਤੁਹਾਡੇ ਉੱਤੇ ਚੜ੍ਹ ਜਾਂਦੇ ਆਓ ਸਰ ਇਹਦੇ ਉੱਤੇ ਚੜੋ ਬੜੇ ਚੜ੍ਹ ਜਾਣਗੇ ਬਕਵਾਸ ਕਰਨਾ ਪਿਆ ਬਦਤਮੀਜ਼ ਆਦਮੀ ਇਹ ਕਿਹੜਾ ਸੀਨ ਹੈ ਉੱਤੇ ਵੇਖਿਆ ਇੰਨਾ ਗੱਲਾਂ ਦਾ ਮੈਂ ਕਰਨਾ ਤੇ ਤੁਸੀਂ ਮੇਰੀ ਗੱਲ ਨੂੰ ਕਰ ਦਿਓ ਸਰ ਜੀ ਕਿਹੜਾ ਸੀਨ ਕਰਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਸੀ ਨਹੀਂ ਨਹੀਂ ਇੱਧਰ ਆਓ ਇਹ ਆਏ ਤੁਸੀਂ ਹਾਂਜੀ ਠੀਕ ਹੈ ਤੁਸੀਂ ਇੰਜ ਇਹਨਾਂ ਦੀ ਟਿੰਡ ਨੂੰ ਚੁੰਮੀ ਲੈਣੀ ਚੁੰਮੀ ਲਓ ਇਹ ਇਸ ਤਰ੍ਹਾਂ ਸਿਰਫ ਇਹ ਕੈਮਰਾ ਚੱਲੇ ਜੀ ਤਸਵੀਰ ਲੈ ਓਕੇ ਕਿਆ ਬਾਤ ਹੈ ਕਿਆ ਬਾਤ ਹੈ ਸਰ ਜੀ ਕਿਆ ਬਾਤ ਯਾਰ ਕੀ ਹੋ ਗਿਆ ਕਿਆ ਸੀਨ ਸਰ ਜੀ ਸਰ ਇਹ ਪੋਸਟਰ ਲੱਗਣਾ ਇਹ ਪੋਸਟਰ ਲੱਗਣਾ ਸਮੁੰਦਰੀ ਘੋੜਾ ਘੋੜਾ ਯਾਰ ਪੋਸਟਰ ਦੇ ਪੋਸਟਰ ਸਮੁੰਦਰੀ ਘੋੜਾ ਪੋਸਟਰ ਹੈ ਭਾਜੀ ਭਾਜੀ ਪੋਸਟਰ ਬਣਾ ਬਣ ਗਿਆ ਸਾਡਾ ਅੱਜ ਤਸਵੀਰ ਕਿਆ ਬਾਤ ਹੈ ਸਰ ਬਕਵਾਸ ਕਰਦਾ ਪੋਸਟਰ ਲੱਗੇਗਾ ਪਬਲਿਕ ਪਾਗਲ ਹੋ ਜਾਏਗੀ ਆਪਣੀ ਫਿਲਮ ਕਿਆ ਬਾਤ ਹੈ ਫਿਲਮ ਵੇਖਣਗੇ ਇੱਟਾਂ ਮਾਰਨਗੇ ਸਕਰੀਨ ਨੂੰ ਪਾਗਲ ਹੋ ਜਾਣਗੇ ਮੈਡਮ ਜੀ ਛੱਡੋ ਨਾ ਮੇਰੀ ਗੱਲ ਸਰ ਜੀ ਫਿਲਮ ਮੇਰੀ ਮਕਾ ਦਿਓ ਅੱਲਾ ਦਾ ਤੇਰੀ ਫਿਲਮ ਤੇ ਮੇਰੀ ਗੱਲ ਸੁਣ ਕੱਪੜੇ ਜ਼ਰਾ ਚੇਂਜ ਕਰ ਲਿਆ ਜੀ ਹਾਂਜੀ ਗਾਣੇ ਦਾ ਨਾ ਹੀ ਸੈੱਟ ਬਣਾਇਆ ਹੈ ਡਰੈਸ ਲੈ ਕੇ ਆਇਓ ਮੈਡਮ ਜੀ ਹਾਂਜੀ ਹਾਂਜੀ ਤੁਹਾਨੂੰ ਗਾਣਾ ਵੀ ਦੱਸਿਆ ਸੀ ਅੱਛਾ ਅੱਛਾ ਮੈਨੇ ਗਾਣੇ ਪੇ ਰੈਸਲ ਕਰ ਲਈ ਹੈ ਕਰ ਲਈ ਹੈ ਨਾ ਜੋ ਸੈਂਡ ਕੀਤਾ ਥਾ ਰਾਤ ਕੋ ਜੀ ਜੀ ਬਿਲਕੁਲ ਰੈਸਲ ਵੀ ਕਰ ਲਈ ਔਰ ਮੈਨੇ ਗਾਣਾ ਵੀ ਯਾਦ ਕਰ ਲਿਆ ਅੱਛਾ ਜੀ ਤੂੰ ਦੁਆ ਕਰ ਲਈ ਨਾ ਅਸੀਂ ਤੇਰੇ ਪਿਓ ਦੇ ਨੌਕਰ ਨਹੀਂ ਆਈਏ ਫੌਰਨ ਤੇਰੀ ਹਰ ਗੱਲ ਮੰਨੀ ਜੇ ਮੈਂ ਨਹੀਂ ਕਰ ਸਕਦਾ ਹੱਲੇ ਗਾਣਾ ਸਰ ਜੀ ਮੇਰੀ ਗੱਲ ਰੈਸਟ ਕਰ ਲਿਆ ਜੇ ਬੇਸ਼ੱਕ ਤੁਸੀਂ ਪਾਣੀ ਸ਼ਾਨੀ ਪੀਓ ਕੱਪੜੇ ਤੁਸੀਂ ਲੈ ਕੇ ਆਏ ਹੋ ਨਾ ਆਹੋ ਲੈ ਕੇ ਆਏ ਤੇ ਆਓ ਮੈਂ ਸੈੱਟ ਵੀ ਬਣਾਇਆ ਭਾਈ ਮੇਰੀ ਗੱਲ ਸੁਣੋ ਨਾ ਇੱਕ ਗੱਲ ਚਲ ਆਜੋ ਭਾਈ ਚੱਲੀ ਕੋਈ ਗੱਲ ਨਹੀਂ ਆਜੋ ਆਜੋ ਤੁਹਾਡੇ ਕਹਿਣ ਤੇ ਮੈਂ ਹੋਰ ਕੀ ਕੋਈ ਕਰ ਲੈਣਾ ਚਲੋ ਨਾ ਬਦਤਮੀ ਨਹੀਂ ਮਾਰਦੇ ਵਿਚਾਰੇ ਵੇਲੇ